9 ਨਵੰਬਰ ਦਾ ਦਿਨ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਇਤਿਹਾਸਕ ਹੋ ਨਿਬੜਿਆ ਅਤੇ ਖਾਸ ਕਰਕੇ ਸਿੱਖ ਕੌਮ ਲਈ ਇਸ ਨੇ ਵੱਡਾ ਇਤਿਹਾਸ ਸਿਰਜ ਦਿੱਤਾ ਕਿਉਂਕਿ ਭਾਰਤ ਪਾਕਿਸਤਾਨ ਦਰਮਿਆਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਚੁੱਕਾ ਹੈ। ਲਾਂਘਾ ਖੁੱਲ੍ਹਣ 'ਤੇ ਭਾਰਤ ਵਾਲੇ ਪਾਸੇ ਹੋਏ ਸਮਾਗਮ ਵਿੱਚ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਵੇਂ ਆਪਣੀ ਭਾਵਨਾ ਵਿਅਕਤ ਕੀਤੀ ਤੁਹਾਨੂੰ ਵੀ ਸੁਣਾ ਦਿੰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਬਿੱਤਰ ਹਜ਼ੂਰੀ 'ਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਹੋਰ ਸਾਰੀਆਂ ਹੀ ਮਾਣਯੋਗ ਸ਼ਖਸੀਅਤਾਂ ਅਤੇ ਸਾਰੇ ਧਾਰਮਿਕ ਮਹਾਂਪੁਰਖ ਅਤੇ ਮੇਰੇ ਸਾਹਮਣੇ ਬਿਰਾਜਮਾਨ ਸਮੂਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰੂ ਮਹਾਰਾਜ ਦੀ ਬੜੀ ਵੱਡੀ ਅਪਾਰ ਕਿਰਪਾ ਹੋਈ ਹੈ ਕਿ ਜੋ ਸਮੁੱਚੀਆਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ 72 ਸਾਲਾਂ ਤੋਂ ਸਤਿਗੁਰੂ ਅੱਗੇ ਅਰਦਾਸ ਕਰਦੀਆਂ ਸੀਆਂ, ਆਸਥਾ ਕਰਦੀਆਂ ਸੀਆਂ, ਜਿਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਸੀ ਕਿ ਉਹ ਕਰਤਾਰਪੁਰ ਦੀ ਪਾਵਨ ਧਰਤੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਅੰਤਲਾ ਸਮਾਂ ਜਿਹੜਾ ਸੀ ਉਹ ਬਤੀਤ ਕੀਤਾ, ਇਹੀ ਉਹ ਪਾਵਨ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਹੱਥੀਂ ਹਲ ਵਾਹ ਕੇ ਕੰਮ ਕਰਕੇ ਸਮੁੱਚੀ ਮਾਨਵਤਾ ਨੂੰ ਇੱਕ ਸੰਦੇਸ਼ ਦਿੱਤਾ ਸੀ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਸੋ ਹਰ ਇੱਕ ਦੀ ਇੱਛਾ ਸੀ ਕਿ ਕਦੋਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਅਸੀਂ ਖੁੱਲ੍ਹੇ ਤੌਰ 'ਤੇ ਜਾ ਕੇ ਉਸ ਪਾਵਨ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੀ ਔਰ ਦਰਸ਼ਨ ਕਰ ਸਕੀਏ। ਮੈਂ ਸਮਝਦਾ ਇਹ ਸਤਿਗੁਰੂ ਦੀ ਬਹੁਤ ਵੱਡੀ ਇੱਕ ਅਪਾਰ ਕਿਰਪਾ ਹੋਈ ਹੈ। ਅੱਜ ਐਸੇ ਸਮੇਂ 'ਤੇ ਹੋਈ ਹੈ ਜਦੋਂ ਕਿ ਸਾਰਾ ਸਿੱਖ ਜਗਤ, ਸਾਰੇ ਨਾਨਕ ਨਾਮ ਲੇਵਾ ਜਾਹਰ ਪੀਰ ਜਗਤ ਗੁਰ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾ ਰਿਹਾ, ਇਹ ਉਸ ਵੇਲੇ ਕਿਰਪਾ ਹੋਈ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਆਪ ਹੀ ਮਨੁੱਖ ਨੂੰ ਐਸੀਆਂ ਗੱਲਾਂ ਕਰਨ ਦਾ ਔਰ ਮਾਣ ਬਖਸ਼ਦੇ ਨੇ। ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਵੱਡੀਆਂ ਪਦਵੀਆਂ ਜਦੋਂ ਮਨੁੱਖ ਨੂੰ ਮਿਲਦੀਆਂ ਨੇ ਤਾਂ ਮਨੁੱਖ ਕਿਸ ਐਸੇ ਕਾਰਜ ਜਿਹੜੇ ਨੇ ਕਰ ਜਾਂਦਾ ਕਿ ਉਹ ਇੱਕ ਸਾਡੇ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਨੇ। ਮੈਂ ਸਮਝਦਾ ਅੱਜ ਇਹ ਜੋ ਗੱਲ ਸੀ ਜਿਹੜਾ ਸਿੱਖ ਕੌਮ ਦੀ ਬੜੇ ਸਮੇਂ ਤੋਂ ਮੰਗ ਆ ਰਹੀ ਸੀ, ਅੱਜ ਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਤੇ ਕਿ ਉਹਨਾਂ ਨੇ ਬਹੁਤ ਸਾਰੇ, ਕਿਉਂਕਿ ਇਹ ਮਸਲਾ ਬੜਾ ਐਸਾ ਸੀ ਔਰ ਦੂਸਰੇ ਨਾਲ ਸੰਬੰਧ ਰੱਖਣ ਵਾਲਾ ਮਸਲਾ ਸੀ, ਲੇਕਿਨ ਇਸ ਸਾਰੀਆਂ ਗੱਲਾਂ ਨੂੰ ਹੱਲ ਕਰਕੇ ਔਰ ਸਾਰੀਆਂ ਸਮੱਸਿਆਵਾਂ ਨੂੰ ਨਜਿੱਠ ਕੇ ਔਰ ਅੱਜ ਇਹ ਇੱਕ ਮਸਲਾ ਹੱਲ ਕੀਤਾ। ਸਿੱਖ ਕੌਮ ਦੀ ਜਿਹੜੀ ਵੱਡੀ ਮੰਗ ਸੀ ਅੱਜ ਇੱਕ ਤੋਹਫੇ ਦੇ ਤੌਰ 'ਤੇ ਸਾਰੀ ਸਿੱਖ ਕੌਮ ਨੂੰ ਇੱਕ ਇਹਨਾਂ ਨੇ ਦੇਣ ਜਾ ਰਹੇ ਨੇ, ਕਿਉਂਕਿ ਇਹ ਲਾਂਘਾ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਦਾ ਹੈ। ਮੈਂ ਸਮਝਦਾ ਕਿ ਇੱਥੇ ਹੀ ਨਹੀਂ, ਜਦੋਂ ਵੀ ਕਿਸੇ ਵੀ ਮਨੁੱਖ ਨੂੰ ਕੋਈ ਵੱਡੀਆਂ ਗੱਲਾਂ ਜਾਂ ਵੱਡੀਆਂ ਪਦਵੀਆਂ ਮਿਲਦੀਆਂ ਨੇ ਤਾਂ ਕੁਛ ਐਸੇ ਇਤਿਹਾਸਕ ਕੰਮ ਕਰ ਜਾਂਦੇ ਨੇ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਸਮਾਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਬਣੇ, ਤਾਂ ਇਹਨਾਂ ਨੇ ਵੀ ਐਸੇ ਕਾਰਜ ਕੀਤੇ ਜੋ ਸਿੱਖ ਕੌਮ ਹਮੇਸ਼ਾ ਯਾਦ ਰੱਖਦੀ ਹੈ।
ਭਾਵੇਂ ਉਹ ਵਿਰਾਸਤ ਆ ਖਾਲਸਾ ਦੀ ਗੱਲ ਕਰ ਲਈਏ, ਬੰਦਾ ਸਿੰਘ ਬਹਾਦਰ ਜੋ ਸਿੱਖ ਕੌਮ ਦੇ ਜਰਨੈਲ ਹੋਏ ਨੇ ਉਹਨਾਂ ਦੀ ਯਾਦਗਾਰ ਦੀ ਗੱਲ ਕਰ ਲਈਏ, ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ, ਇਹ ਸਾਰੀਆਂ ਗੱਲਾਂ ਇੱਕ ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਂਦਾ। ਜੋ ਵੀ ਮਨੁੱਖ ਕਰਦਾ, ਅੱਜ ਕੈਪਟਨ ਸਾਹਿਬ ਨੂੰ ਸਮਾਂ ਦਿੱਤਾ, ਜੋ ਇਹ ਗੱਲਾਂ ਕਰਨਗੇ, ਜੋ ਕੰਮ ਕਰਨਗੇ, ਇਹ ਵੀ ਇੱਕ ਇਤਿਹਾਸ ਦਾ ਹਿੱਸਾ ਬਣੇਗਾ। ਮੈਂ ਸਮਝਦਾ ਕਿ ਸਤਿਗੁਰੂ ਦੀ ਮਿਹਰ ਦੇ ਨਾਲ ਐਸਾ ਸਮਾਂ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਮੈਂ ਹੋਰ ਵੀ ਇੱਕ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਇਸ ਕਰਕੇ ਕਿ ਇੱਕ ਧਾਰਮਿਕ ਸਮਾਗਮ ਸੀ, ਇਹ ਇੱਕ ਧਾਰਮਿਕ ਮੁੱਦਾ ਸੀ, ਇਹ ਸੋ ਇਹਨਾਂ ਇਨਰੋਲ ਇਹ ਧਾਰਮਿਕ ਹੀ ਇਹਨੂੰ ਸਾਰੇ ਨੂੰ ਲਿਆ। ਅੱਜ ਅਸੀਂ ਦੇਖ ਰਹੇ ਹਾਂ ਕਿ ਗੁਰਮਤਿ ਸਮਾਗਮ ਹੋ ਰਿਹਾ, ਵੱਡੀਆਂ ਧਾਰਮਿਕ ਹਸਤੀਆਂ ਸਾਡੇ ਕੋਲ ਬਿਰਾਜਮਾਨ ਨੇ, ਅੱਜ ਇਸ ਨੂੰ ਗੁਰਮਤਿ ਸਮਾਗਮ ਕਰਕੇ ਗੁਰੂ ਦਾ ਆਸ਼ੀਰਵਾਦ ਲੈ ਕੇ ਗੁਰੂ ਦੇ ਅੱਗੇ ਅਰਦਾਸ ਕਰਕੇ ਅੱਜ ਇਹ ਲਾਂਘਾ ਖੋਲ੍ਹਣ ਜਾ ਰਹੇ ਨੇ। ਇਸ ਕਰਕੇ ਵੀ ਮੈਂ ਧੰਨਵਾਦੀ ਹਾਂ। ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਕਿ ਅੱਜ ਜੋ ਪਹਿਲਾ ਜਥਾ ਜਾਣਾ ਔਰ ਜਿਸ ਦੀ ਅਗਵਾਈ ਜਥੇ ਨੇ ਕਰਨੀ ਹੈ, ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ ਸਾਰੀ ਕੌਮ ਔਰ ਸਿਜਦਾ ਕਰਦੀ ਹੈ, ਔਰ ਉਸ ਕੌਮ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਇਸ ਜਥੇ ਦੀ ਅਗਵਾਈ ਕਰਨਗੇ ਮੋਦੀ ਸਾਹਿਬ, ਇਹਦੇ ਵੀ ਤੁਸੀਂ ਇੱਕ ਬਹੁਤ ਹੀ ਧੰਨਵਾਦੀ ਪਾਤਰ ਹੋਵੋਗੇ, ਧੰਨਵਾਦ ਦੇ। ਸੋ ਮੈਂ ਸਮਝਦਾ ਕਿ ਵੱਡੀਆਂ ਗੱਲਾਂ ਤੁਸੀਂ ਕੀਤੀਆਂ ਨੇ ਸਿੱਖ ਕੌਮ ਵਾਸਤੇ, ਉਹਨਾਂ ਦਾ ਵਰਣਨ ਜੇ ਕਰੀਏ ਤਾਂ ਬਹੁਤ ਸਮਾਂ ਲੱਗਦਾ। ਸੋ GST ਦੀ ਗੱਲ ਕਰ ਲਈਏ, ਸਿੱਖਾਂ ਦੇ ਕਤਲੇਆਮ ਦੀ ਗੱਲ ਕਰ ਲਈਏ, ਜੇ ਸਜ਼ਾ ਦਵਾਈਆਂ ਸੂਚੀ ਦੀ ਕਾਲੀ ਸੂਚੀ ਦੀ ਗੱਲ ਕਰ ਲਈਏ, ਕਿੰਨੀਆਂ ਗੱਲਾਂ ਜੋ ਅੱਜ ਹੋਈਆਂ ਨੇ ਔਰ ਇਹ ਤੁਹਾਡੇ ਕਾਰਜਕਾਲ 'ਤੇ ਹੋਈਆਂ ਨੇ, ਤੁਹਾਨੂੰ ਗੁਰੂ ਦੇ ਬਖਸ਼ ਕੀਤੀ ਹੈ, ਅੱਜ ਸਿੱਖ ਕੌਮ ਦੇ ਮਨ ਦੇ ਵਿੱਚ ਇੱਕ ਤੁਸੀਂ ਆਪਣਾ ਥਾਂ ਬਣਾਇਆ। ਸੋ ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਕਿ ਜ਼ਿਆਦਾ ਸਮਾਂ ਨਹੀਂ ਲੈਣਾ, ਕਿ ਮੈਂ ਅੱਜ ਦੇ ਇਸ ਪਾਵਨ ਦਿਹਾੜੇ ਦੇ ਉੱਤੇ ਜਦੋਂ ਕਿ ਅਸੀਂ ਇਹ ਲਾਂਘਾ ਖੋਲ੍ਹਣ ਜਾ ਰਹੇ ਹਾਂ ਔਰ ਇਸ ਸਮੇਂ ਜਦੋਂ ਕਿ ਸਾਰੀ ਕੌਮ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਾਢੇ ਪੰਜ ਸੌ ਸਾਲਾਂ ਮਨਾ ਰਹੀ ਹੈ, ਮੈਂ ਸਮੁੱਚੀਆਂ ਕੌਮ ਨੂੰ ਔਰ ਸਮੁੱਚੀ ਸੰਗਤਾਂ ਨੂੰ ਅੱਜ ਦੇ ਇਸ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।